ਅਮਰੀਕਾ ਦੇ ਰਾਸ਼ਟਰਪਤੀ ਨੂੰ ਕਈ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਅਮਰੀਕਾ ਦੁਨੀਆ 'ਚ ਰਾਜ ਕਰ ਰਿਹਾ, ਅਮਰੀਕਾ ਨੇ ਇੰਨੀ ਤਰੱਕੀ ਕੀਤੀ, ਇਹਦਾ ਕਾਰਨ ਕੀ ਹੈ, ਕੀ ਚੀਜ਼ਾਂ ਜ਼ਰੂਰੀ ਹੈ ਜਿਹੜੀਆਂ ਦੇਸ਼ ਨੂੰ ਤਰੱਕੀ ਕਰਾਉਂਦੀਆਂ। ਤਾਂ ਰਾਸ਼ਟਰਪਤੀ ਨੇ ਕਿਹਾ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਹੈ। ਜੇ ਕਿਸੇ ਸੂਬੇ ਨੇ ਦੇਸ਼ ਨੇ ਤਰੱਕੀ ਕਰਨੀ ਹੈ, ਇੱਕ ਸੜਕ, ਦੂਜੀ ਬਿਜਲੀ, ਤੀਜੀ ਏਅਰਪੋਰਟ। ਜਿਹੜੇ ਸੂਬੇ ਤੇ ਦੇਸ਼ ਵਿੱਚ ਆ ਤਿੰਨੇ ਚੀਜ਼ਾਂ ਬਹੁਤ ਹੋਣ, ਉਹ ਸੂਬਾ ਕਿਤੇ ਪਿੱਛੇ ਨਹੀਂ ਰਹਿ ਸਕਦਾ। ਪੰਜਾਬ, ਕਿਉਂਕਿ ਪੰਜਾਬ ਸਮੁੰਦਰ ਦੇ ਨੇੜੇ ਨਹੀਂ ਤਾਂ ਸਭ ਤੋਂ ਜ਼ਰੂਰੀ ਪੋਰਟ ਹੁੰਦੇ ਆ। ਤੁਸੀਂ ਦੇਖਿਆ ਜਿੰਨੇ ਵੀ ਮੁਲਕ ਤਰੱਕੀ ਕੀਤੀ ਹੈ, ਪੋਰਟ ਉਹਨਾਂ ਦੇ ਨਾਲ ਸਮੁੰਦਰ ਲੱਗਿਆ ਤੇ ਪੋਰਟ ਹੈ। ਉੱਥੇ ਵੱਡੇ ਵੱਡੇ ਜਹਾਜ਼ਾਂ ਨਾਲ ਸਮਾਨ ਆ ਸਕਦਾ ਦੁਨੀਆ 'ਚ, ਤੇ ਉੱਥੇ ਜਾ ਸਕਦਾ ਤੇ ਸਭ ਤੋਂ ਸਸਤਾ ਉੱਥੇ ਪਹੁੰਚ ਸਕਦਾ। ਪਰ ਪੰਜਾਬ ਵਿੱਚ ਨਾ ਨੇੜੇ ਤੇੜੇ ਸਮੁੰਦਰ, ਨਾ ਸੜਕਾਂ ਸੀ, ਬਿਜਲੀ ਬਿਲਕੁਲ ਘੱਟ ਸੀ। ਤੇ ਜਦੋਂ ਮੈਨੂੰ ਯਾਦ ਹੈ 10 ਸਾਲ ਪਹਿਲੇ ਜਦੋਂ ਸਰਕਾਰ ਬਣਾਈ, ਪਹਿਲੇ ਹੀ ਮਹੀਨੇ ਅਸੀਂ, ਮੈਂ ਤੇ ਮੁੱਖ ਮੰਤਰੀ ਬਾਦਲ ਸਾਹਿਬ ਜਦੋਂ ਅਸੀਂ ਬੈਠੇ ਤੇ ਗੱਲਾਂ ਚੱਲ ਰਹੀਆਂ ਸੀ, ਅਸੀਂ ਫੈਸਲਾ ਕੀਤਾ ਕਿ ਪੰਜਾਬ ਨੂੰ ਜੇ ਤਰੱਕੀ ਦੇ ਲੈ ਕੇ ਆਉਣਾ, ਇੱਥੇ ਇੰਡਸਟਰੀ ਲਿਆਉਣੀ ਆ, ਉਦਯੋਗ ਲਿਆਉਣਾ, ਇੱਥੇ ਡਿਵੈਲਪਮੈਂਟ ਹੋਣੀ ਆ, ਤਿੰਨ ਬਿਮਾਰੀਆਂ ਦਾ ਇਲਾਜ ਕਰ ਦਈਏ ਤੇ ਪੰਜਾਬ ਨੂੰ ਕੋਈ ਰੋਕ ਨਹੀਂ ਸਕਦਾ ਤਰੱਕੀ ਤੋਂ। ਬਹੁਤ ਵੱਡਾ ਚੈਲੰਜ ਸੀ, ਇੰਨਾ ਸੌਖਾ ਨਹੀਂ ਸੀ ਕਿ ਜੋ ਬਿਜਲੀ 10-10 ਘੰਟੇ ਨਾ ਆਏ ਤੇ ਥਰਮਲ ਪਲਾਂਟ ਬਣਾਉਣੇ ਪੈਣ 50,000 ਕਰੋੜ ਦੇ, ਏਅਰਪੋਰਟ ਬਣਾਉਣੇ ਪੈਣ, ਉੱਥੇ ਜੋ ਹਜਾਜ ਲਿਆਉਣੇ ਪੈਣ। ਕਿਉਂਕਿ ਜੇ ਤੁਹਾਡੇ ਕੋਲ ਪੋਰਟ ਨਹੀਂ ਹੈ, ਫਿਰ ਦੁਨੀਆ ਨਾਲ ਤੁਸੀਂ ਏਅਰਪੋਰਟ ਰਾਹੀਂ ਜੁੜ ਸਕਦੇ ਹੋ। ਜੇ ਸੜਕਾਂ ਮਾੜੀਆਂ, ਕੋਈ ਉਦੋਂ ਬਠਿੰਡੇ ਆਉਣ ਨੂੰ ਤਿਆਰ ਨਹੀਂ ਸੀ, ਕਿਉਂਕਿ ਜੋ ਚੰਡੀਗੜ੍ਹ ਕਿਸੇ ਇੰਡਸਟਰੀ ਵਾਲੇ ਨਾਲ ਗੱਲ ਕਰਦੇ ਕਿ ਬਠਿੰਡੇ ਕਾਰਖਾਨਾ ਲਾਓ, ਕਹਿੰਦੇ ਯਾਰ 4-5 ਘੰਟੇ ਲੱਗਦੇ ਹੈ ਇਹ ਸੜਕ 'ਤੇ, ਤੁਸੀਂ ਆਪ ਜਾਂਦੇ ਹੋ ਰੋਜ਼ ਇਹ ਸੜਕ 'ਤੇ, ਕੋਈ ਨਾ ਕੋਈ ਹਰ 50 ਕਿਲੋਮੀਟਰ 'ਤੇ ਐਕਸੀਡੈਂਟ ਹੁੰਦਾ ਸੀ, ਕੋਈ ਨਾ ਕੋਈ ਮੌਤਾਂ ਹੁੰਦੀਆਂ ਸੀ। ਉਵੇਂ ਅੰਮ੍ਰਿਤਸਰ ਜਾਣਾ ਪੈਂਦਾ, ਇੱਥੇ ਕਿੰਨੇ ਘੰਟੇ ਲੱਗਦੇ ਅਤੇ ਕਿੰਨੇ ਫਾਟਕ ਤੁਸੀਂ ਦੇਖੋ, ਬਠਿੰਡੇ ਵੜਦੇ ਹੀ ਤੁਹਾਨੂੰ ਮੱਲਾ ਦੇ ਇੱਕ ਵਾਰ ਵੜ ਜਾਣਾ, ਨਿਕਲਿਆ ਨਹੀਂ ਜਾਂਦਾ ਸੀ, ਕਿਉਂਕਿ ਇੱਕ ਫਾਟਕ ਦੇ ਬਾਅਦ ਦੂਜਾ ਫਾਟਕ ਦੇ ਬਾਅਦ ਤੀਜਾ ਫਾਟਕ। ਅਤੇ ਅਸੀਂ ਜਦੋਂ ਮਨ ਬਣਾਇਆ ਸੀ ਕਿ ਕਿਵੇਂ ਪੰਜਾਬ ਤਰੱਕੀ ਹੋਊਗਾ, ਸੋ ਤਿੰਨੇ ਬਿਮਾਰੀਆਂ ਦਾ ਇਲਾਜ ਕਰਨ ਵਾਸਤੇ ਵੱਡਾ ਜਿਗਰਾ ਚਾਹੀਦਾ ਅਤੇ ਹੌਸਲਾ ਚਾਹੀਦਾ। ਅਸੀਂ ਉਦੋਂ ਹੀ ਬਾਦਲ ਸਾਹਿਬ ਅਤੇ ਮੈਂ ਸਾਰੇ ਬਹਿ ਕੇ ਪਾਰਟੀ 'ਚ ਫੈਸਲਾ ਕੀਤਾ, ਬਿਮਾਰੀਆਂ, ਤਿੰਨੇ ਬਿਮਾਰੀਆਂ ਅਸੀਂ ਪੂਰੀਆਂ ਹੱਲ ਕਰਨੀਆਂ, ਅਤੇ ਅਸੀਂ ਵਾਅਦਾ ਕੀਤਾ ਤੁਹਾਡੇ ਨਾਲ ਕਿ ਤਿੰਨੇ ਬਿਮਾਰੀਆਂ ਹੱਲ ਕਰਾ ਦਾਂਗੇ, ਅਤੇ ਕੋਈ ਵਿਸ਼ਵਾਸ ਨਹੀਂ ਕਰਦਾ ਸੀ ਆਹ ਕਿਵੇਂ ਹੋ ਜੂਗਾ, ਕਿਵੇਂ ਬਿਜਲੀ ਸਰਪਲਸ ਹੋ ਜੂਗੀ, ਕਿਵੇਂ ਏਅਰਪੋਰਟ ਆ ਜਾਣਗੇ, ਕਿਵੇਂ ਸੜਕਾਂ 4 ਲੇਨ ਬਣ ਜਾਣਗੀਆਂ ਆਪਣੇ ਨਾਲ ਗੁਆਂਢੀ ਹਰਿਆਣਾ। ਹਰਿਆਣੇ ਅੱਜ ਵੀ ਬਿਜਲੀ, ਤੁਸੀਂ ਪਿੰਡਾਂ 'ਚ ਜਾ ਕੇ ਦੇਖੋ, 6-6 ਘੰਟੇ ਨਹੀਂ ਆਉਂਦੀ। ਅੱਜ ਵੀ ਦੁਕਾਨਾਂ 'ਤੇ ਉੱਥੇ ਛਮੰਡੀਆਂ 'ਚ ਬਿਜਲੀ ਨਹੀਂ ਆਉਂਦੀ। ਅਤੇ ਸੜਕਾਂ ਜਾ ਕੇ ਦੇਖੋ, ਇੱਥੇ ਤੁਸੀਂ ਭਿੱਖੀ ਤੋਂ, ਮੈਂ ਪੁੱਛ ਰਿਹਾ ਸੀ ਮੈਂ ਦਿੱਲੀ ਜਾਣਾ ਕਿਹੜਾ ਰਾਹ ਲਈਏ, ਓਕੇ ਮੈਂ ਕਿਹਾ ਸਰਸੇ ਤੋਂ ਆਪਣੇ ਭਿੱਖੀ ਤੋਂ ਨਾਲ ਹੀ ਹਰਿਆਣਾ ਵੜ ਜਾ, ਕਹਿੰਦੇ ਉੱਥੇ ਨਾ ਵੜਿਓ, ਤੁਸੀਂ ਸਿੱਧਾ ਵਾਇਆ ਸਦੂਲਗੜ੍ਹ ਜਾਇਓ, ਕਿਉਂਕਿ ਸਦੂਲਗੜ੍ਹ ਵਧੀਆ ਸੜਕ ਆਪਣੇ ਪੰਜਾਬ ਬਾਰਡਰ ਤੱਕ, ਨਾਲ ਹੀ ਸਰਸਾ, ਉਹਦੇ ਬਾਅਦ ਵੱਡੀ ਸੜਕ ਜਾਣਗੇ, ਹਰਿਆਣੇ 'ਚ ਵੜ ਗਏ ਤਾਂ ਢੂਹੀ ਦੁੱਖ ਲੱਗ ਜੂਗੀ। ਅਤੇ ਅੱਜ 10 ਸਾਲਾਂ 'ਚ ਨਕਸ਼ਾ ਬਦਲ ਦਿੱਤਾ ਪੰਜਾਬ ਦਾ, ਨਕਸ਼ਾ ਬਦਲ ਦਿੱਤਾ। ਅੱਜ ਮੈਂ ਧੰਨਵਾਦ ਕਰਨਾ ਚਾਹੁੰਦਾ ਗਡਕਰੀ ਸਾਹਿਬ ਦਾ। ਯਾਦ ਕਰੋ 3 ਸਾਲ ਪਹਿਲੇ ਆਈ ਬਠਿੰਡੇ ਸ਼ਹਿਰ 'ਚ ਸਟੇਡੀਅਮ ਵਿੱਚ ਮੀਂਹ ਪੈਂਦਾ ਸੀ, ਆਪਾਂ ਕੱਟ ਕੀਤਾ ਸੀ, ਪਾਣੀ ਸੀ ਸਟੇਡੀਅਮ ਪੱਤੇ, ਆਪਣੇ ਵਰਕਰ ਪਾਣੀ 'ਚ
ਗੋਡੇ ਗੋਡੇ ਬੈਠਣਾ ਨਾਲ ਪਾਣੀ 'ਚ ਬੈਠੇ ਸੀ ਅਤੇ ਗਡਕਰੀ ਸਾਹਿਬ ਨੂੰ ਮੈਂ ਲੈ ਕੇ ਆਇਆ। ਮੈਂ ਗਡਕਰੀ ਸਾਹਿਬ ਨੂੰ ਕਿਹਾ ਕਿ ਮੇਰਾ ਇੱਕ ਸੁਪਨਾ ਅਤੇ ਮੈਂ ਅਖਬਾਰ 'ਚ ਵੀ ਕਹਿੰਦਾ ਸੀ ਕਿ ਮੈਂ ਸਾਰੇ ਸ਼ਹਿਰਾਂ ਨੂੰ ਜਿੰਨੇ ਵੱਡੇ ਸ਼ਹਿਰ ਹੈ 4 ਤੇ 6 ਲੇਨ ਦੀਆਂ ਸੜਕਾਂ ਨਾਲ ਜੋੜ ਕੇ ਦਊਂ। ਉਦੋਂ ਕੋਈ ਵਿਸ਼ਵਾਸ ਨਹੀਂ ਕਰਦਾ ਸੀ। ਮੈਂ ਗਡਕਰੀ ਸਾਹਿਬ ਨੂੰ ਕਿਹਾ, ਮੈਂ ਕਿਹਾ ਗਡਕਰੀ ਸਾਹਿਬ ਤੁਸੀਂ ਬੜੇ ਦਲੇਰ ਹੋ, ਤੁਹਾਡੇ ਵਾਸਤੇ ਛੋਟੀ ਗੱਲ ਹੈ, ਇਹ ਘੁੱਗੀ ਮਾਰਨੀ ਹੈ, ਪਰ ਪੰਜਾਬ ਨੂੰ ਤੁਸੀਂ ਪੂਰਾ ਤਰੱਕੀ ਦੇ ਮੂੰਹ 'ਤੇ ਲਿਆ ਸਕਦੇ ਹੋ। ਮੈਨੂੰ ਕਹਿੰਦਾ ਸੁਖਬੀਰ ਦੱਸ ਕੀ ਚਾਹੁੰਦਾ। ਮੈਂ ਕਿਹਾ ਆਹ ਲਿਸਟ ਸੜਕਾਂ ਦੀ ਹੈ। ਮੈਂ ਕਿਹਾ ਆਹ ਨਾ ਦੇਖੋ ਕਾਗਜ਼ 'ਤੇ ਕਿੰਨੇ ਦੀਆਂ, ਉਹ ਤਾਂ ਮੈਂ ਤੂੰ ਦਿਖਾਉਣੀਆਂ ਨਹੀਂ, ਮੈਂ ਤਾਂ ਤੁਹਾਨੂੰ ਨਾਂ ਦੱਸਣਾ ਚਾਹੁੰਦਾ, ਆਹ ਸੜਕਾਂ 4 ਲੇਨ ਬਣਾਉਣੀਆਂ। ਕਹਿੰਦਾ ਮੈਂ ਕੀਮਤ ਨਹੀਂ ਦੇਖਦਾ, ਤੂੰ ਮੈਨੂੰ ਸੜਕਾਂ ਦੀ ਲਿਸਟ ਦੇ ਦੇ। ਮੈਂ ਸਾਰੀਆਂ ਸੜਕਾਂ ਨਕਸ਼ਾ ਬਣਾਈ ਬੈਠਾ ਸੀ, ਪੂਰੇ ਪੰਜਾਬ ਨੂੰ ਕਿਵੇਂ ਜੋੜਨਾ, ਕਿਵੇਂ ਕਰਨਾ, ਸਾਰਾ ਬਣਾਈ ਬੈਠਾ ਸੀ, ਅਤੇ ਮੈਂ ਉਹਨਾਂ ਨੂੰ ਆਹ ਲਿਸਟ ਹੀ ਦਿੱਤੀ। ਅਤੇ ਉੱਥੇ ਆ ਕੇ ਕਹਿੰਦਾ ਘੁੱਗੀ ਮਾਰਤੀ, 1 ਮਿੰਟ ਨਹੀਂ ਲਾਇਆ, ਸੈਕਟਰੀ ਨੂੰ ਬੁਲਾਇਆ, ਕਹਿੰਦਾ ਮਨਜ਼ੂਰ। ਉਹ ਸੈਕਟਰੀ ਕਹਿਣ ਲੱਗਿਆ ਗਡਕਰੀ ਸਾਹਿਬ ਆ ਤਾਂ 50,000 ਕਰੋੜ ਬਣ ਗਿਆ। ਕਹਿੰਦਾ ਯਾਰ ਹੁਣ ਤਾਂ ਘੁੱਗੀ ਮਾਰਤੀ, ਮੈਂ ਹੁਣ ਤਾਂ ਰੁਕਣਾ ਨਹੀਂ। ਮੈਂ ਤੁਸੀਂ ਯਾਦ ਕਰੋ ਦਿਨ ਜਦੋਂ ਗਡਕਰੀ ਸਾਹਿਬ ਨੇ ਇੱਥੇ ਆ ਕੇ ਕਿਹਾ ਸਟੇਜ 'ਤੇ ਕਿ ਸੁਖਬੀਰ ਜੀ ਨੇ ਮੈਨੂੰ ਮੈਥੋਂ ਵਾਅਦਾ ਲੈ ਲਿਆ। ਅਤੇ ਗਡਕਰੀ ਸਾਹਿਬ ਦਾ ਇੱਕ ਹੋਰ ਵੀ ਬਿਆਨ ਤੁਸੀਂ ਸੁਣਿਆ ਹੋਣਾ, ਕਿਹਾ ਸੀ ਕਿ ਇੱਕ ਵਾਰ ਮੈਂ ਹਾਂ ਕਰਦਾ, ਨਾ ਨਹੀਂ ਹੁੰਦੀ ਭਾਵੇਂ ਕੁਛ ਮਰਜ਼ੀ ਹੋ ਜਾਏ। ਅਤੇ ਮੈਂ ਧੰਨਵਾਦ ਕਰਦਾ ਗਡਕਰੀ ਸਾਹਿਬ ਜੀ, ਅੱਜ ਇੱਥੇ ਆਉਣਾ ਸੀ ਪਰ ਮੌਸਮ ਕਰਕੇ ਉਹ ਨਹੀਂ ਆ ਸਕੇ। ਉਹਨਾਂ ਨੂੰ ਖੁਸ਼ੀ ਹੋਣੀ ਸੀ ਦੇਖ ਕੇ ਕਿ ਕਿਵੇਂ ਸੜਕਾਂ ਬਣ ਗਈਆਂ ਇੱਥੇ। ਗੋਨੇ ਵਾਲੇ ਵਾਲਿਓ, ਪਹਿਲੇ ਬਠਿੰਡਾ ਦੂਰ ਲੱਗਦਾ ਸੀ, ਹੁਣ ਪਤਾ ਹੀ ਨਹੀਂ ਗੋਨੇ ਵਾਲਾ ਕਦੋਂ ਸ਼ੁਰੂ ਹੋਇਆ ਅਤੇ ਬਠਿੰਡਾ ਕਦੋਂ ਖਤਮ ਹੋਇਆ। ਰਾਮਪੁਰ ਵਾਲੇ ਮੈਂ ਮਲੂਕਾ ਸਾਹਿਬ ਨੂੰ ਦੱਸ ਰਿਹਾ ਸੀ, ਪਹਿਲੇ ਐਂ ਲੱਗਦਾ ਸੀ ਬੜੇ 1.25 ਘੰਟੇ 'ਚ ਰਾਮਪੁਰਾ ਪੁਲ ਪਹੁੰਚਾਂਗੇ, ਹੁਣ ਤਾਂ ਪਤਾ ਹੀ ਲੱਗਦਾ ਕਿ ਪੁੱਛਦਾ ਕਿੱਥੇ ਰਾਮਪੁਰਾ, ਪਰ ਪੁਲ ਕੀ ਟੱਪਿਆਂ 'ਤੇ ਰਾਮਪੁਰਾ ਜਾਂਦਾ। ਪੁੱਛੋ ਤਾਂ ਮੈਨੂੰ ਲੱਗਦਾ ਬਠਿੰਡੇ ਨਾਲ ਵੜੀ ਗਿਆ, ਪਤਾ ਹੀ ਨਹੀਂ, ਪੁੱਛੋ ਤਾਂ ਵਿੱਚ ਹੀ ਬਠਿੰਡੇ 'ਚ ਆ ਗਿਆ, ਕੁਛ ਪਤਾ ਲੱਗਦਾ। ਅਤੇ ਰਾਤ ਨੂੰ ਜਾਊਂਗੇ ਤਾਂ ਹੋਰ ਨਜ਼ਾਰਾ, ਜਦੋਂ ਲਾਈਟਾਂ ਲੂਟਾਂ ਲੱਗੀਆਂ ਹੁੰਦੀਆਂ। ਤੁਸੀਂ ਦੇਖੋ ਆਹ 5-7 ਸਾਲਾਂ 'ਚ ਸਾਰੀਆਂ ਬਣਾ ਦਿੱਤੀਆਂ, ਕਿਉਂਕਿ ਅਸੀਂ ਸਾਡੇ ਦਿਲੋਂ ਲਗਾ ਸੀ। ਅਸੀਂ ਕਿਤੇ ਨਹੀਂ ਕਿਹਾ ਖਜ਼ਾਨਾ ਖਾਲੀ ਹੈ, ਸਾਤੋਂ ਆਹ ਨਹੀਂ ਹੁੰਦਾ, ਆਹ ਨਹੀਂ ਹੁੰਦਾ, ਕਿਹਾ ਸੀ ਅਤੇ ਕਰਕੇ ਦਿਖਾ ਦਿੱਤਾ। ਅੱਜ ਤੁਸੀਂ ਕਿਤੇ ਮਰਜ਼ੀ ਜਾਓ, ਜੇ ਤੁਸੀਂ ਇੱਥੋਂ ਚੰਡੀਗੜ੍ਹ, ਇੱਧਰ ਪਟਿਆਲਾ, ਹੁਣ ਹੁਸ਼ਿਆਰਪੁਰ ਤੋਂ ਜੇ ਕਿਸੇ ਨੇ ਬਰਨਾਲੇ ਆਉਣਾ, ਹੁਸ਼ਿਆਰਪੁਰ ਤੋਂ ਸਿੱਧੀ 4 ਲੇਨ ਦੀ ਸੜਕ ਜਲੰਧਰ ਤੱਕ ਬਣੀ ਜਾਂਦੀ ਹੈ, ਜਲੰਧਰ ਤੋਂ ਸਿੱਧਾ ਬਰਨਾਲਾ ਮੋਗੇ ਦੇ ਵਿੱਚੋਂ ਸੜਕ ਬਣੀ ਜਾਂਦੀ ਹੈ, ਨੇੜੇ ਰਹਿ ਗਿਆ ਕੰਮ, ਮੈਨੂੰ ਲੱਗਦਾ 6 ਕੁ ਮਹੀਨੇ 'ਚ ਉਹ ਵੀ ਮੁਕੰਮਲ ਹੋ ਜੂਗੀ, 2.5-3 ਹਜ਼ਾਰ ਕਰੋੜ ਦੀ ਹੈ। ਪਹਿਲੇ ਤੁਸੀਂ ਅੰਮ੍ਰਿਤਸਰ ਤੋਂ ਪਠਾਨਕੋਟ ਜਾਣਾ ਪੈਂਦਾ ਨਾ, ਮੈਨੂੰ ਲੱਗਦਾ ਹੱਡੀਆਂ ਦੇ ਡਾਕਟਰ ਕੋਲੋਂ ਤੁਹਾਨੂੰ ਜਾਣਾ ਹੀ ਪੈਂਦਾ ਸੀ ਇੱਕ ਵਾਰ ਜਾ ਕੇ, ਸਾਰਾ ਕੁਝ ਹਿੱਲ ਜਾਂਦਾ ਸੀ। ਅਤੇ ਅੱਜ ਜਾ ਕੇ ਦੇਖੋ ਕਿ ਨਜ਼ਾਰਾ ਆਉਂਦਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਗੁਰਦਾਸਪੁਰ ਕਿੱਥੇ ਟੱਪਿਆ, ਬਟਾਲਾ ਕਦੋਂ ਟੱਪੇ, ਐਂ ਅੰਮ੍ਰਿਤਸਰ ਤੋਂ ਉੱਥੋਂ ਤੁਸੀਂ ਜਾਂਦੇ ਹੋ, ਪਠਾਨਕੋਟ ਤੋਂ, ਪਠਾਨਕੋਟ ਤੋਂ ਜਲੰਧਰ, ਹੁਣ ਲੁਧਿਆਣੇ ਤੋਂ ਚੰਡੀਗੜ੍ਹ ਦੀ ਸੜਕ। ਮੈਂ ਆਪਣੀ ਸਰਕਾਰ ਤੋਂ ਸਾਲ ਕੁ ਪਹਿਲੇ ਜਦ ਸਰਕਾਰ ਸੀ, ਮੈਂ ਗਡਕਰੀ ਸਾਹਿਬ ਕੋਲ ਗਿਆ। ਮੈਂ ਕਿਹਾ ਗਡਕਰੀ ਸਾਹਿਬ ਆ ਯਾਰ ਲੁਧਿਆਣੇ ਨੂੰ ਚੰਡੀਗੜ੍ਹ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਬਹੁਤ ਐਕਸੀਡੈਂਟ ਹੁੰਦੇ ਹੈ। ਕਹਿੰਦੇ ਕਿੰਨਾ ਕੁ ਲੱਗਦਾ ਹੈ? ਮੈਂ ਕਿਹਾ ਕੋਈ ਗੱਲ ਨਹੀਂ, ਲੱਗਣ ਦੀ ਗੱਲ ਨਹੀਂ ਹੈ, ਕੋਈ 100 ਕਿਲੋਮੀਟਰ। ਕਹਿੰਦੇ 100 ਹੀ ਹੈ ਨਾ? ਮੈਂ ਕਿਹਾ 100 ਸਵਾ 100 ਹੈ। ਮੈਂ ਕਿਹਾ ਪਰ ਇੱਥੇ 4 ਲੇਨ ਨਹੀਂ, ਇੱਥੇ 10 ਲੇਨ ਦੀ ਸੜਕ ਚਾਹੀਦੀ ਹੈ, ਲੱਗੇ ਜਿਵੇਂ ਕੋਈ ਏਅਰਪੋਰਟ ਹੋਏ। ਕਹਿੰਦਾ ਕੋਈ ਗੱਲ ਨਹੀਂ, ਇਹੋ ਜਿਹੀ ਸੜਕ ਬਣਾ ਦਾਂਗੇ, ਤੁਸੀਂ ਦੇਖ ਲਓ। 10 ਲੇਨ ਦੀ ਸੜਕ ਬਣੀ ਜਾਂਦੀ ਹੈ, ਐਂ ਲੱਗੂਗਾ ਜਿਵੇਂ ਕੋਈ ਹਵਾਈ ਜਹਾਜ਼ ਉੱਥੇ ਤਾਰ ਦਿਓ। ਕੰਮ ਬੜੀ ਜੰਗੀ ਪੱਧਰ 'ਤੇ ਚੱਲੀ ਜਾਂਦਾ ਹੈ, ਉਹ ਵੀ 6 ਮਹੀਨੇ 'ਚ ਉਹ ਵੀ ਮੁਕੰਮਲ ਹੋ ਜਾਣੀ ਹੈ। ਫਗਵਾੜੇ ਰੋਪੜ ਤੋਂ ਰਹਿ ਗਈ ਸੀ ਜਲੰਧਰ ਤੱਕ ਦੀ ਸੜਕ 1 ਲੇਨ, ਉਹ ਵੀ ਮੈਂ ਉਹਨਾਂ ਕੋਲੇ ਗਿਆ, ਉਹ ਵੀ ਉਹਨਾਂ ਮਨਜ਼ੂਰ ਕਰਤੀ, ਉਹਦਾ ਵੀ ਕੰਮ ਚੱਲ ਰਿਹਾ। ਤੁਸੀਂ ਦੇਖੋ ਜਾਂਦੇ ਜਾਂਦੇ ਜਦੋਂ 4-5 ਮਹੀਨੇ ਰਹਿ ਗਏ ਸੀ ਸਰਕਾਰ ਦੇ ਆਪਣੇ, ਮੈਂ ਗਡਕਰੀ ਸਾਹਿਬ ਕੋਲ ਗਿਆ। ਮੈਂ ਕਿਹਾ ਜੀ
ਇੱਕ ਆ ਬਠਿੰਡੇ ਦਾ ਇੱਕ ਸਾਡਾ ਪੁੱਲ ਰਹਿ ਗਿਆ ਪਰਲਾ ਮਾਨਸਾ ਆਪਣਾ ਦੱਬਲੀ ਵਾਲਾ, ਇੱਕ ਮੈਂ ਕਿਹਾ ਜੀ ਫਰੀਦਕੋਟ ਕੋਟਕਪੂਰੇ ਦੇ ਪੁੱਲ ਰਹਿ ਗਿਆ, ਇੱਕ ਕਹਿੰਦਾ ਮੈਂ ਕਿਹਾ ਫਰੀਦਕੋਟ ਦਾ ਇੱਕ ਜਿਹੜਾ ਮੇਨ ਰੋਡ ਨੂੰ ਸੜ ਕੇ ਜਾਂਦਾ ਫਰੀਦਕੋਟ ਸ਼ਹਿਰ ਦਾ ਪੁੱਲ ਰਹਿ ਗਿਆ, ਇੱਕ ਮੌੜ ਦਾ ਰਹਿ ਗਿਆ, ਇੱਕ ਅੰਮ੍ਰਿਤਸਰ ਰਹਿ ਗਿਆ, ਮੈਂ 6-7 ਪੁੱਲ ਲਗਾ ਲਏ। ਮੈਨੂੰ ਕਹਿੰਦੇ ਕਿੰਨੇ ਕੁ ਦੇ, ਮੈਂ ਕਿਹਾ ਜੀ 7-8 ਸੌ ਹਜ਼ਾਰ ਕਰੋੜ ਹੋਣਾ, ਤੁਹਾਡੇ ਵਾਸਤੇ ਤਾਂ ਕੁਛ ਨਹੀਂ। ਕਹਿੰਦੇ ਕੋਈ ਗੱਲ ਨਹੀਂ, ਘੁੱਗੀ ਫਿਰ ਤੋਂ ਮਰਵਾ ਲਿਆ ਮੈਂ, ਤੁਸੀਂ ਦੇਖੋ ਸਾਰੇ ਪੁੱਲ ਬਣੀ ਜਾਂਦੇ, ਸਾਰੇ ਪੁੱਲ ਬਣੀ ਜਾਂਦੇ। ਫਿਰ ਮੈਂ ਕਿਹਾ ਜਾਂਦੇ ਜਾਂਦੇ ਮੈਂ ਉੱਠਿਆ ਸੀ ਕੁਰਸੀ ਤੋਂ, ਮੈਂ ਕਿਹਾ ਬਹਿ ਗਿਆ। ਕਹਿੰਦੇ ਹੋਰ ਕਿਵੇਂ? ਉਹ ਮੈਂ ਕਿਹਾ ਜੀ ਇੱਕ ਹੋਰ ਰਹਿ ਗਿਆ ਕੰਮ। ਕਹਿੰਦੇ ਕੀ? ਮੈਂ ਕਿਹਾ ਜੀ ਲੁਧਿਆਣੇ ਦਾ ਜਿਹੜਾ ਟ੍ਰੈਫਿਕ ਆ ਬਹੁਤ ਜ਼ਿਆਦਾ, ਲੁਧਿਆਣੇ ਦੇ ਵਿੱਚੋਂ ਫਿਰੋਜ਼ਪੁਰ ਰੋਡ ਤੋਂ ਤਾਂ ਚੰਡੀਗੜ੍ਹ ਰੋਡ ਤੱਕ ਇਹੋ ਜਿਹਾ ਪੁੱਲ ਚਾਹੀਦਾ ਜਿਹੜਾ ਇੱਕ ਪਾਸੋਂ ਤੋਂ ਦੂਜੇ ਪਾਸੇ ਸਾਰਾ ਟ੍ਰੈਫਿਕ ਨਿਕਲ ਜੇ। ਮੈਂ ਤਾਂ ਆਪਣੇ ਮਹਿਕਮੇ ਵਾਲਿਆਂ ਨੂੰ ਤਿਆਰੀ ਕਰਕੇ ਲੈ ਕੇ ਗਿਆ ਸੀ, ਅਤੇ ਮਹਿਕਮੇ ਵਾਲੇ ਕਹਿੰਦੇ ਜੀ ਕਿ ਥੋੜ੍ਹਾ ਹੀ ਲੱਗਣਾ, 2000 ਕਰੋੜ ਰੁਪਇਆ ਲੱਗਣਾ ਹੈ। ਅਤੇ ਮੇਰੇ ਮਨ ਝਾਕੀ ਜਨ, ਮੈਂ ਕਿਹਾ ਜੀ ਜਕਾਰਾ ਛੱਡ ਦਿਓ ਕੋਈ ਫਰਕ ਨਹੀਂ ਪੈਂਦਾ। ਉਹਨੇ ਉਹ ਵੀ ਜਕਾਰ ਛੜਾਤਾ ਅਤੇ ਅੱਜ ਬਣੀ ਜਾਂਦਾ ਪੁੱਲ 2000 ਕਰੋੜ ਦਾ। ਅਤੇ ਤੁਹਾਨੂੰ ਮੈਂ ਤੁਹਾਨੂੰ ਹੋਰ ਦੋ ਖੁਸ਼ਖਬਰੀਆਂ ਦਿੰਦਾ। ਜਿਹੜਾ ਮੈਂ ਕੰਮ ਸ਼ੁਰੂ ਕਰਕੇ ਗਿਆ ਸੀ, ਮੈਨੂੰ ਗਡਕਰੀ ਸਾਹਿਬ ਨੇ ਮੈਨੂੰ ਟੈਲੀਫੋਨ ਕਰਕੇ ਦੱਸਿਆ ਤੇਰੇ 2 ਕੰਮ ਜਿਹੜੇ ਤੂੰ ਕਹਿ ਸੀ ਉਹ ਵੀ ਮੈਂ ਮਨਜ਼ੂਰ ਕਰਤੇ ਹੈ। ਮੈਂ ਦੱਸਾਂ ਕਿਹੜੇ? ਇੱਕ ਨਵੀਂ ਸੜਕ ਮੈਂ ਤੁਹਾਨੂੰ ਯਾਦ ਅਖਬਾਰਾਂ 'ਚ ਕੱਢਿਆ ਹੋਣਾ, ਅੰਮ੍ਰਿਤਸਰ ਤੋਂ ਦਿੱਲੀ ਆਹ ਬਰਨਾਲੇ ਕੋਲੋਂ ਦੀ ਸਿੱਧੀ ਐਂ ਸਿੱਧੀ, ਉਹ ਜਿਹੜੀ ਚੰਡੀਗੜ੍ਹ ਵਾਲੀ ਸੜਕ ਆ ਨਾ, ਆਹ ਸੜਕ ਜਿਹੜੀ ਐਕਸਪ੍ਰੈਸਵੇ ਬਣ ਰਿਹਾ ਜਿਵੇਂ ਨੋਨ ਸਟੋਪ ਐਕਸਪ੍ਰੈਸ ਅਮਰੀਕਾ ਕੈਨੇਡਾ ਵਰਗਾ, ਕੋਈ 100 ਕਿਲੋਮੀਟਰ ਘੱਟ ਜੂਗਾ ਅੰਮ੍ਰਿਤਸਰ ਦਿੱਲੀਓਂ ਫਸਰ ਸਫ਼ਰ 100 ਕਿਲੋਮੀਟਰ ਸਿੱਧੀ ਜਿਵੇਂ ਲੀਹ ਖਿੱਚੀ ਦੀ ਇਹ ਸੜਕ ਬਣ ਰਹੀ ਹੈ, ਮਨਜ਼ੂਰ ਕਰਤੀ ਉਹਨਾਂ ਨੇ। ਲੱਗਣਗੇ 2-3 ਸਾਲ ਤਾਂ ਲੱਗਣਗੇ, ਪਰ ਉਹ ਬਣ ਜਾਣੀ ਹੈ। ਤੁਸੀਂ ਦੇਖ ਲਓ ਅੱਜ ਦਿੱਲੀਓਂ ਅੰਮ੍ਰਿਤਸਰ 7-8 ਘੰਟੇ ਲੱਗਦੇ ਆ, 8 ਘੰਟੇ 8.5 ਘੰਟੇ ਉਹ ਜਦੋਂ ਸੜਕ ਬਣ ਗਈ ਅੰਮ੍ਰਿਤਸਰ ਤੋਂ ਦਿੱਲੀ ਇਕੱਲੇ 3.5-4 ਘੰਟੇ ਤੁਸੀਂ ਅੰਮ੍ਰਿਤਸਰ ਦਿੱਲੀ ਹੋਵੋਗੇ। ਇੱਕ ਹੋਰ ਸੜਕ ਜਿਹੜੀ ਮਨਜ਼ੂਰ ਕੀਤੀ ਹੈ ਜਿਹੜੀ ਆਪਣੇ ਇਲਾਕੇ ਨੂੰ ਬੜਾ ਫਾਇਦਾ ਹੋਣਾ, ਉਹ ਹੈ ਜਲੰਧਰ ਤੋਂ ਲੈ ਕੇ ਅਜਮੇਰ ਤੱਕ ਵਾਇਆ ਬਠਿੰਡਾ ਅਜਮੇਰ 4 ਲੇਨ ਐਕਸਪ੍ਰੈਸਵੇ, ਉਹ ਵੀ ਮਨਜ਼ੂਰ ਕਰਤਾ। ਜੇ ਕਿਸੇ ਨੇ ਮਾਲ ਆਪਣਾ ਕੋਈ ਫੈਕਟਰੀਆਂ ਦਾ ਮਾਲ ਬੰਬਈ ਜਾਣਾ, ਤੁਹਾਨੂੰ ਕੋਈ ਦਿੱਲੀ ਜਾਣ ਦੀ ਲੋੜ ਨਹੀਂ, ਜੈਪੁਰ ਜਾਣ ਦੀ ਲੈਣ ਨੇ, ਤੁਹਾਡੇ 3 ਦਿਨ ਬਚ ਜਾਣਗੇ ਬੰਬਈ ਪੋਰਟ ਕੋਲੋਂ। ਅਸੀਂ ਪੰਜਾਬ ਨੂੰ ਬੰਬਈ ਪੋਰਟ ਨਾਲ 3 ਦਿਨ ਨੇੜੇ ਜੋੜ ਦਿੱਤਾ, ਕਿੱਡਾ ਵੱਡਾ ਫਾਇਦਾ ਪੰਜਾਬ 'ਚ ਹੋਣਾ। ਹਲੇ ਸਰਕਾਰ ਉਹਨਾਂ ਦੀ ਹੈ, ਕਾਂਗਰਸੀਆਂ ਦੀ, ਇੱਥੇ ਆਦਾ ਜਾਂਦੇ ਨਹੀਂ, ਕੈਪਟਨ ਸਾਹਿਬ ਤਾਂ ਮਿਲ ਨਹੀਂ ਜਾਂਦੇ ਆਦਾ। ਅਸੀਂ ਫਿਰ ਵੀ ਬਹਿ ਕੇ, ਮੈਂ ਹੁਣੇ ਵੀ ਗਿਆ ਸੀ, ਤੁਸੀਂ ਦੇਖ ਲਓ ਬੀਬਾ ਜੀ ਦੇ ਹਲਕੇ 'ਚ ਅੱਜ ਸੜਕ ਦਾ ਨੀਂਹ ਪੱਥਰ ਰੱਖਣ ਕਰੇ, ਨਵੀਂ ਸੜਕ ਬਣਾਉਣ ਲੱਗੇ ਹੈ ਭਿੱਖੀ ਤੋਂ ਪਾਤੜਾਂ ਤੱਕ, ਹੈਂ ਮੂਨਕ ਦੇ ਵਿੱਚ ਦੀ ਜਿਹੜੀ ਹੁਣ ਅਸੀਂ ਬਣਾ ਰਹੇ ਹਾਂ। ਗਡਕਰੀ ਸਾਹਿਬ ਨੇ ਆਉਣਾ ਸੀ ਨੀਂਹ ਪੱਥਰ ਰੱਖਿਆ, ਕੈਪਟਨ ਸਾਹਿਬ ਨੂੰ ਪਤਾ ਹੀ ਨਹੀਂ ਸੀ ਕਿ ਸੜਕ ਬਣ ਰਹੀ ਹੈ ਕਿ ਨਹੀਂ ਬਣ ਰਹੀ, ਕਿਉਂਕਿ ਸਾਡਾ ਤੁਹਾਡੇ ਦਿਲੋਂ ਤੁਹਾਡੇ ਨਾਲ ਪਿਆਰ ਹੈ, ਸਾਡਾ ਸੁਪਨਾ ਲੱਗਦਾ। ਇੰਨੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਹੁਣ ਸੜਕ 'ਤੇ ਜਾਣਾ ਦੇਖਦਾ ਕਿ ਇਹ ਲੋਕ ਕਿਵੇਂ ਆਰਾਮ ਨਾਲ ਜਾ ਰਹੇ ਹੈ, ਕੋਈ ਡਰ ਨਹੀਂ ਤੁਹਾਨੂੰ ਐਕਸੀਡੈਂਟ ਦਾ, ਕੋਈ ਫਿਕਰ ਨਹੀਂ ਕਿ ਕੋਈ ਅੱਗੇ ਆ ਕੇ ਤੁਹਾਡੇ ਵਿੱਚ ਮਾਰੂਗਾ, ਸ਼ਾਂਤੀ ਨਾਲ ਤੁਸੀਂ ਜਾਂਦੇ ਹੋ। ਫਿਰ ਅਸੀਂ ਤੁਹਾਨੂੰ ਕਿਹਾ ਏਅਰਪੋਰਟ ਬਣਾਵਾਂਗੇ, ਬਠਿੰਡੇ ਏਅਰਪੋਰਟ ਬਣਾਤਾ, ਜਹਾਜ਼ ਚਲਾਤੇ, ਦਿੱਲੀ ਜਾਣ ਲੱਗ ਗਿਆ। ਫਿਰ ਕੋਈ ਸੰਗਤਾਂ ਆਈਆਂ ਸਨ, ਸਾਨੂੰ ਜੰਮੂ ਤੱਕ ਜਾਣਾ, ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣਾ, ਜੰਮੂ ਦਾ ਵੀ ਜਹਾਜ਼ ਚਲਾ ਦਿੱਤਾ। ਤੁਸੀਂ ਦੇਖ ਲਓ ਪੰਜਾਬ 'ਚ ਅਸੀਂ ਬਠਿੰਡਾ ਏਅਰਪੋਰਟ ਬਣਾਇਆ, ਆਦਮਪੁਰ ਏਅਰਪੋਰਟ ਬਣਾਇਆ, ਜਹਾਜ਼ ਚਲਾਤੇ ਦਿੱਲੀ ਨੂੰ ਆਦਮਪੁਰ ਤੋਂ, ਲੁਧਿਆਣੇ ਤੋਂ ਜਹਾਜ਼ ਚਲਾਤੇ ਦਿੱਲੀ ਨੂੰ, ਪਠਾਨਕੋਟ ਤੋਂ ਜਹਾਜ਼ ਚਲਾਤੇ, ਅਤੇ ਮੋਹਾਲੀ ਵਿੱਚ ਇੰਟਰਨੈਸ਼ਨਲ ਏਅਰਪੋਰਟ ਬਣਾਤਾ ਆ ਸਾਰੇ 5 ਮਹੀਨਿਆਂ ਦੇ 5 ਸਾਲਾਂ ਦੇ ਅੰਦਰ। ਹਰਿਆਣਾ ਆਪਣੇ ਨਾਲ ਸੂਬਾ ਹੈ, ਪੂਰਾ ਸੂਬਾ ਹਰਿਆਣਾ ਆਪਣੇ ਨਾਲ ਹੈ, ਇੱਕ ਏਅਰਪੋਰਟ ਨਹੀਂ ਉੱਥੇ, ਇੱਕ ਏਅਰਪੋਰਟ ਨਹੀਂ ਹੈ, ਇੱਕ ਏਅਰਪੋਰਟ ਨਹੀਂ ਹੈ। ਆਪਣੇ ਕੋਲ 6-7 ਹੋ ਗਏ, 2 ਤਾਂ ਇੰਟਰਨੈਸ਼ਨਲ ਏਅਰਪੋਰਟ ਹੋ ਗਏ। ਜੇ ਪੰਜਾਬ ਦੇ ਤੁਸੀਂ ਅਮਰੀਕਾ ਜਾਣਾ, ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਆਪਣੇ ਬੱਚੇ ਇੱਥੋਂ ਜਾਂਦੇ ਆ, ਹੁਣ ਤੁਹਾਨੂੰ ਨੇੜੇ ਆਪਣਾ ਅੰਮ੍ਰਿਤਸਰ ਤੋਂ ਚੜ੍ਹ ਸਕਦੇ ਹੋ, ਮੋਹਾਲੀ ਤੋਂ ਚੜ੍ਹ ਸਕਦੇ ਹੋ, ਦੂਜੇ ਸੂਬੇ 'ਚ ਨਹੀਂ ਇੰਨੇ ਏਅਰਪੋਰਟ। ਆ ਸਾਰਾ ਕੁਛ ਹੀ 5 ਸਾਲਾਂ 'ਚ ਸਮੇਟ ਕੇ ਦਿੱਤਾ। ਅਤੇ ਵੱਡੀ ਗੱਲ ਹੈ ਜਿਵੇਂ ਕਿਹਾ ਬਿਜਲੀ, ਅੱਜ ਫੈਕਟਰੀਆਂ, ਅੱਜ ਕੈਪਟਨ ਸਾਹਿਬ ਜਾਂਦੇ ਆ ਬੰਬਈ, ਉੱਥੇ ਛਾਤੀ ਤਾਣ ਕੇ ਕਹਿੰਦੇ ਆ, ਕਹਿੰਦੇ ਜੀ ਤੁਹਾਡੇ ਸੂਬੇ 'ਚ ਆ ਕੇ ਕਾਰਖਾਨੇ ਲਾਓ, ਬਿਜਲੀ ਆਮੋ ਆਮ ਹੈ, 6-7 ਸਾਡੇ ਏਅਰਪੋਰਟ ਹੈ।
ਤੇ ਸੜਕਾਂ ਦੇਖੋ ਇਹ ਜੀਆਂ ਸੜਕਾਂ ਦੁਨੀਆ 'ਚ ਨੇ ਜਿੰਨੀਆਂ ਮੇਰੇ ਪੰਜਾਬ 'ਚ ਕੈਪਟਨ ਸਾਹਿਬ ਹੁਣ ਛਾਤੀ ਮਾਰ ਕੇ ਹੁਣ ਕਹਿੰਦੇ ਆ ਕਿਉਂਕਿ ਉਹਨੂੰ ਤਾਂ ਪੱਕੀ ਪਕਾਈਆਂ ਮਿਲੀਆਂ ਹੁਣ ਤਾਂ ਪੱਕੀ ਪਕਾਈਆਂ ਮਿਲੀਆਂ ਹਲੇ ਵੀ ਰੋਈ ਜਾਂਦੇ ਅਸੀਂ ਇੰਨਾ ਕੁਝ ਬਣਾ ਕੇ ਰੋਟੀ ਪਕਾ ਵੀ ਲਿੱਤੀ ਸਬਜ਼ੀ ਵੀ ਬਣਾ ਦਿੱਤੀ ਪਲੇਟ 'ਚ ਵੀ ਪਾ ਦਿੱਤੀ ਤੇ ਖਾਂਦੇ ਖਾਂਦੇ ਰੋਈ ਜਾਂਦੇ ਨੰਗ ਹੋ ਗਏ ਕਰਜ਼ੇ ਹੋ ਗਏ ਕਰਜ਼ਾਈ ਹੋ ਗਏ ਯਾਰ ਜਿਹੜਾ ਖਜ਼ਾਨਾ ਮੰਤਰੀ ਰੋਂਦਾ ਹੋਏ ਨਾ ਉਹਨੂੰ ਰੱਬ ਹੀ ਨਹੀਂ ਨੋਟ ਦਿੰਦਾ ਪਹਿਲਾਂ ਤਾਂ ਖਜ਼ਾਨੇ ਨੂੰ ਜਿਹੜਾ ਬੰਦਾ ਸੂਬੇ ਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਭ ਤੋਂ ਵੱਧ ਜੇ ਕਰਜ਼ਾ ਜੇ ਕਿਸੇ ਮੁਲਕ 'ਚ ਨਾ ਹਿੰਦੁਸਤਾਨ ਜਾਂ ਦੁਨੀਆ ਸਭ ਤੋਂ ਜ਼ਿਆਦਾ ਕਰਜ਼ਾ ਜੇ ਕਿਸੇ ਮੁਲਕ 'ਚ ਹੈ ਤਾਂ ਅਮਰੀਕਾ ਦੇ ਸਿਰ 'ਤੇ ਕਰਜ਼ਾ ਹੈ ਸਭ ਤੋਂ ਜ਼ਿਆਦਾ ਕਰਜ਼ਾ ਅਤੇ ਅਮਰੀਕਾ ਦਾ ਰਾਸ਼ਟਰਪਤੀ ਐਂ ਜਾਂਦਾ ਜਿਵੇਂ ਕੋਈ ਜੇਮਸ ਬੌਂਡ ਹੁੰਦਾ ਐ ਛਾਤੀ ਤਾਰ ਕੇ ਪੂਰਾ ਕਰਜ਼ਾ ਸਭ ਤੋਂ ਜ਼ਿਆਦਾ ਆਪਣਾ ਤਾਂ ਕੁਛ ਪੰਜ ਹਿੰਦੁਸਤਾਨ ਦੇ ਸਿਰ 'ਤੇ ਇੰਨਾ ਕਰਜ਼ਾ ਹੈ ਹੀ ਨਹੀਂ ਆਪਣੇ ਸਿਰ 'ਤੇ 50% ਆਪਣੀ ਆਪਣੇ ਆਪਣੇ ਹਿੰਦੁਸਤਾਨ ਦੀ ਸਰਕਾਰ 'ਤੇ ਮਸਾਂ 50% ਆਪਣੀ ਜੀ ਡੀ ਪੀ ਦਾ ਖਰਚਾ ਹੈ ਅਤੇ ਅਮਰੀਕਾ ਦੇ ਉੱਤੇ 100% ਜੀ ਡੀ ਪੀ ਦਾ ਕਰਜ਼ਾ ਹੈ ਅਤੇ ਸਾਰਾ ਕਰਜ਼ਾ ਕਿਹਦੇ ਕੋਲ ਹੈ ਕਿੱਥੋਂ ਲਿੱਤਾ ਚੀਨ ਤੋਂ ਲਿੱਤਾ ਜਿਹੜੇ ਆਪਣੇ ਦੁਸ਼ਮਣ ਚੀਨ ਹੈ ਉਹਨਾਂ ਦਾ ਚੀਨ ਦੇ ਕੋਲ ਸਾਰਾ ਕਰਜ਼ਾ ਅਮਰੀਕਾ ਦਾ ਉਹਨਾਂ ਦੇ ਆਪਣੇ ਹੱਥ 'ਚ ਹੈ ਜੇ ਅੱਜ ਚਾਹੁਣ ਨਿਲਾਮੀ ਅਮਰੀਕਾ ਦੀ ਚੀਨ ਕਰ ਸਕਦਾ ਪਰ ਕਿਤੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਦੇ ਰੋਂਦੇ ਦੇਖਿਆ ਬੜਕ ਮਾਰਦਾ ਰਹੂਗਾ ਆਪਣੇ ਹੈ ਸਾਰਾ ਕੁਛ ਅਤੇ ਰੋਈ ਜਾਂਦੇ ਹੈ 24 ਘੰਟੇ ਰੋਈ ਜਾਂਦੇ ਨੰਗ ਹੋ ਗਏ ਯੇ ਹੋ ਗਏ ਵੋ ਹੋ ਗਏ ਅਸੀਂ ਕਿਤੇ ਤੁਹਾਨੂੰ ਐਂ ਨਹੀਂ ਕਿਹਾ ਤੁਸੀਂ ਤੁਹਾਡੇ ਕੋਲ ਆਉਂਦੇ ਬਠਿੰਡੇ ਆਉਂਦੇ ਸਰੂਪ ਜੀ ਕਹਿੰਦੇ ਆ ਜੀ ਸਾਨੂੰ 50 ਕਰੋੜ ਚਾਹੀਦਾ ਸ਼ਾਮ ਨੂੰ ਚੈੱਕ ਆ ਜਾਂਦਾ ਜੀ 50 ਕਰੋੜ ਮਲੂਕਾ ਸਾਹਿਬ ਨੂੰ ਮੈਨੂੰ ਯਾਦ ਹੈ ਮਲੂਕਾ ਸਾਹਿਬ ਬੈਠੇ ਮੈਨੂੰ ਕਹਿੰਦੇ ਜੀ ਮੈਂ ਆਪਣੇ ਰਾਮਪੁਰੇ ਸਾਰੀ ਸੀਵਰੇਜ ਸੂਵਰੇਜ ਸਾਰਾ ਸ਼ਹਿਰ ਪਾਉਣਾ ਮੈਂ ਕਿਹਾ ਕਿੰਨਾ ਕੁ ਲੱਗੂਗਾ ਮਲੂਕਾ ਸਾਹਿਬ ਕਹਿੰਦੇ ਇਕੱਲਾ 100 ਕਰੋੜ ਲੱਗਣਾ ਅਤੇ ਉਹਨੂੰ ਕਿ ਸ਼ਾਮ ਤੱਕ 100 ਕਰੋੜ ਭੇਜਤਾ ਸੀ ਇਹਨਾਂ ਨੂੰ ਤੁਸੀਂ ਦੇਖ ਲਓ ਤੁਹਾਡੇ ਖਾਲਿਆਂ ਵਾਸਤੇ ਅਸੀਂ ਘੱਟ ਤੋਂ ਘੱਟ 800-900 ਕਰੋੜ ਲੈ ਕੇ ਆਏ ਸੀ ਆ ਸਾਰੇ ਆਪਣੇ ਮਾਨਸਾ ਬਠਿੰਡਾ ਜ਼ਿਲ੍ਹੇ ਦੇ ਖਾਲੇ ਬਣਾਉਣ ਵਾਸਤੇ ਤੁਹਾਡੀ ਮਤਲਬ ਨਹਿਰਾਂ ਵਾਸਤੇ ਕਿੰਨੇ ਕਰੋੜਾਂ ਰੁਪਏ ਲਾ ਦਿੱਤਾ ਕੋਈ ਤੁਸੀਂ ਜਿੰਨੀਆਂ ਮੰਡੀਆਂ ਸਾਰੇ ਸੀਵਰੇਜ ਪੀਣ ਵਾਲੇ ਪਾਣੀ ਦਾ ਸਾਰੇ ਗਲੀਆਂ ਨਾਲੀਆਂ ਸੀਮਨ ਦੀਆਂ ਬਣਾ ਦੀਆਂ ਤੁਸੀਂ ਦੱਸੋ ਕਿਹੜੀ ਮੰਡੀ ਆਪਣੇ ਇਲਾਕੇ 'ਚ ਰਹਿ ਗਈ ਹੈ ਵੱਡੇ ਵੱਡੇ ਪਿੰਡਾਂ 'ਚ ਵੀ ਅਸੀਂ ਕੰਮ ਕਰ ਦਿੱਤਾ ਅਸੀਂ ਤਾਂ ਨਹੀਂ ਕਿਤੇ ਰੋਏ ਜਾਂ ਕੁਛ ਕਿਹਾ ਮੇਰਾ ਤਾਂ ਇੱਕ ਸੁਪਨਾ ਸੀ ਮੈਂ ਤੁਹਾਨੂੰ ਅੱਜ ਕਹਿਣਾ ਜੋ ਚਾਹੁੰਦਾ ਪਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਬਣ ਜਾਣੀ ਅਗਲੇ ਹੁਣ 4 ਸਾਲ ਦਾ ਰੁਕਣਾ ਪੈਣਾ ਹੈ ਮੇਰਾ ਨਿਸ਼ਾਨਾ ਮੈਂ ਤੁਹਾਨੂੰ ਅੱਜ ਐਲਾਨ ਕਰਦਾ ਹੈ ਅਤੇ ਸੁਖਬੀਰ ਸਿੰਘ ਬਾਦਲ ਦਾ ਸੂਰ ਹੈ ਜੋ ਇੱਕ ਵਾਰ ਕਹਿਤਾ ਕਰਕੇ ਦਿਖਾਊਂਗਾ ਜਿਵੇਂ ਮੈਂ ਕਿਹਾ ਸੀ ਨਾ ਬੰਬ ਵਾਲੀ ਸੜਕ ਬਣਾ ਦੂੰਗਾ ਮੈਂ ਕਿਹਾ ਸੀ ਨਾ ਉੱਥੇ ਅਤੇ ਸੜਕ 'ਤੇ ਮੈਂ ਕਹਿੰਦਾ ਕਾਂਗਰਸੀ ਨੂੰ ਕਹੋ ਜ਼ੋਰ ਲਾ ਲਓ ਜੋ ਮਰਜ਼ੀ ਵੱਡਾ ਬੰਬ ਲਿਆਓ ਆਹ ਸੜਕ ਨਹੀਂ ਟੁੱਟਦੀਆਂ ਉਵੇਂ ਹੀ ਮੈਂ ਕਹਿਣਾ ਚਾਹੁੰਦਾ ਸਰਕਾਰ ਬਣਾ ਦਿਓ ਅਗਲੇ 5 ਸਾਲਾਂ 'ਚ ਆਪਣੀ ਸਰਕਾਰ ਦੇ ਅੰਦਰ 5 ਸਾਲਾਂ 'ਚ ਪੰਜਾਬ 13,000 ਪਿੰਡ ਹੈ 13,000 ਪਿੰਡਾਂ 'ਚ ਹੀ ਸੀਵਰੇਜ ਸੀਮਨ ਦੀਆਂ ਗਲੀਆਂ ਅਤੇ ਨਾਲੀਆਂ ਅਤੇ ਲਾਈਟਾਂ ਲਾ ਕੇ ਦਊਂਗਾ ਸਾਰੇ ਨੂੰ ਸਰਕਾਰਾਂ ਕੋਲ ਕੋਈ ਪੈਸੇ ਦੀ ਕਮੀ ਨਹੀਂ ਨੀਅਤ ਸਾਫ਼ ਹੋਣੀ ਚਾਹੀਦੀ ਹੈ ਦਲੇਰੀ ਚਾਹੀਦੀ ਹੈ ਜਿਹੜਾ ਬੰਦਾ ਦਲੇਰ ਹੋਏ ਨੀਅਤ ਸਾਫ਼ ਹੋਏ ਕਿਸੇ ਚੀਜ਼ ਦੀ ਕਮੀ ਨਹੀਂ ਹੈ ਇਹਨਾਂ ਨੇ 10-5 ਸਾਲ 1.25 ਸਾਲ ਹੋ ਗਿਆ ਦੇਣਾ ਕੀ ਸੀ ਸਾਰਾ ਕੁਛ ਬੰਦ ਕਰ ਦਿੱਤਾ ਯਾਰ ਅਸੀਂ ਸੇਵਾ ਕੇਂਦਰ ਤੁਹਾਡੇ ਵਾਸਤੇ ਬਣਾਏ ਸੀ ਤੁਹਾਡੇ ਪਿੰਡਾਂ 'ਚ ਹੀ ਕੰਮ ਹੋ ਜਾਏ ਸਾਰਾ ਸਰਕਾਰੀ ਦਫ਼ਤਰ ਜਾਣ ਦੀ ਲੋੜ ਨਹੀਂ ਉਹ ਵੀ ਬੰਦ ਕਰਾ ਤੇ ਮਤਲਬ ਸ਼ਗਨ ਅਤੇ ਪੈਨਸ਼ਨਾਂ ਪੁਨਸ਼ਨਾਂ ਦਾ ਸਾਰੀਆਂ ਬੰਦ ਹੀ ਹੈ ਮਤਲਬ ਹੋਰ ਕੋਈ ਚੀਜ਼ ਤੁਹਾਨੂੰ ਤਾਂ ਕੋਈ ਦਿੰਦੇ ਨਹੀਂ ਇਕੱਲਾ ਨਹੀਂ ਟੈਕਸ ਹੋਰ ਲਾ ਤੇ ਬਿਜਲੀ ਦੇ ਬਿੱਲ ਹੋਰ ਵਧਾ ਦਿੱਤੇ ਤੁਹਾਡੇ 200 ਰੁਪਏ ਮਨਪ੍ਰੀਤ ਨੇ ਹੋਰ ਟੈਕਸ ਲਾ ਤਾ ਹਲੇ ਤੁਹਾਡੇ ਡੀਜ਼ਲ ਅਤੇ ਪੈਟਰੋਲ ਦੇ 2 ਰੁਪਏ ਹੋਰ ਵਧਾਉਣ ਲੱਗੇ ਆ ਟੈਕਸ ਲਾਉਣ ਲੱਗੇ ਆ ਤੁਸੀਂ ਦੇਖੋ ਆਹ ਸ਼ਾਹਕੋਟ ਦੇ ਇਲੈਕਸ਼ਨ ਦੇ ਬਾਅਦ ਤੁਸੀਂ ਦੇਖਿਓ ਡੀਜ਼ਲ 'ਤੇ 1 ਰੁਪਿਆ 1.5 ਰੁਪਿਆ ਹੋਰ ਪੰਜਾਬ ਸਰਕਾਰ ਟੈਕਸ ਲਾਉਣ 'ਤੇ ਲੱਗੀ ਹੈ ਆਹ ਤਾਂ ਟੈਕਸ ਲਾਉਣਾ ਚਾਹੁੰਦੇ ਹੈ ਦੇਣਾ ਨਹੀਂ ਚਾਹੁੰਦੇ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਸਾਰੇ ਵਰਕਰ ਬੈਠੇ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਜਦੋਂ ਵੀ ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਤੁਸੀਂ ਪਹੁੰਚਦੇ ਹੋ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਮੈਂ ਇੱਕ ਬੇਨਤੀ ਕਰਦਾ ਹੁਣ ਸ਼ਾਹਕੋਟ ਦਾ ਇਲੈਕਸ਼ਨ ਹੈ ਸਾਰੇ ਜਿੰਨੇ ਵਰਕਰ ਹੈ ਲੀਡਰ ਜਿਵੇਂ ਜੰਗ ਲੱਗ ਜਾਏ ਨਾ ਸਾਰੇ ਉੱਥੇ ਪਹੁੰਚ ਜਾਓ ਇਸ ਕੈਪਟਨ ਦਾ ਹੰਕਾਰ ਤੋੜਨਾ ਜ਼ਰੂਰੀ ਹੈ ਆਹ ਸੋਚਦਾ ਕਿ ਮੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਬਹਿ ਕੇ ਚੰਡੀਗੜ੍ਹ ਬਹਿ ਕੇ ਮੈਂ ਇਲੈਕਸ਼ਨ ਜਿੱਤ ਜੂੰਗਾ ਲੋਕਾਂ ਕੋਲ ਜਾਣ ਦੀ ਲੋੜ ਨਹੀਂ
ਦਿਖਾ ਦਿਓ ਕਿ ਪੰਜਾਬ ਦੀ ਜਨਤਾ ਬਾਦਲ ਸਾਹਿਬ ਵਰਗਾ ਮੁੱਖ ਮੰਤਰੀ ਚਾਹੁੰਦੀ ਹੈ ਜਿਹੜੇ ਜਨਤਾ 'ਚ ਰਹਿੰਦੇ ਹੈ। ਅੱਜ ਵੀ ਸਵੇਰੇ ਜਦੋਂ ਮੈਂ ਉੱਠਿਆ ਸੀ ਸਵੇਰੇ 6:30 ਵਜੇ ਬਾਦਲ ਸਾਹਿਬ ਤਿਆਰ ਹੋ ਕੇ ਪਿੰਡਾਂ 'ਚ ਜਾ ਰਹੇ ਸੀ, ਮੈਂ ਕਿਹਾ ਕਿੱਥੇ ਚੱਲੇ ਹੋ? ਕਹਿੰਦੇ ਮੈਂ ਅਫਸੋਸ ਕਰਨ ਚੱਲਿਆ ਕਿਸੇ ਪਿੰਡ 'ਚ ਮੌਤ ਹੋ ਗਈ ਹੈ। ਅਤੇ ਕੈਪਟਨ ਸਾਹਿਬ ਉਹਨੂੰ ਰਾਤ ਪਤਾ ਲੱਗਿਆ ਗੜਕਰੀ ਸਾਹਿਬ ਨਹੀਂ ਆਉਂਦੇ, ਉਸੇ ਟਾਈਮ ਡੀਸੀ ਨੂੰ ਕਹਿ ਕੇ ਸਾਰਾ ਸਮਾਨ ਚੱਕ ਕੇ ਭੇਜ ਦਿਓ, ਮੈਨੂੰ ਆਉਣ ਦੀ ਲੋੜ ਨਾ ਪਏ। ਅਸੀਂ ਜੋ ਪ੍ਰੋਗਰਾਮ ਦਿੱਤਾ ਸੀਗਾ ਅਸੀਂ ਤਾਂ ਕਰਾਂਗੇ ਪ੍ਰੋਗਰਾਮ, ਕਿਉਂਕਿ ਆਹ ਜਿਹੜਾ ਕੰਮ ਕੀਤਾ ਬਾਦਲ ਸਾਹਿਬ ਦੀ ਸਰਕਾਰ ਨੇ ਕੀਤਾ, ਅਸੀਂ ਤਾਂ ਧੰਨਵਾਦ ਗੜਕਰੀ ਸਾਹਿਬ ਦਾ ਕਰਾਂਗੇ ਹੀ ਕਰਾਂਗੇ, ਜਿਨ੍ਹਾਂ ਨੇ ਇੰਨਾ ਵੱਡਾ ਸਾਡੇ ਵਾਸਤੇ ਯੋਗਦਾਨ ਦਿੱਤਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।